मम्मा की कर रही हो? अब चली गई नहान के। ठीक है, की रोन क्यों रही हो? खुशी दे बच्ची रोन रही है कि नहान के जाना हो और आप पापा दे रहे क्यों ना तेरे भी मैं सारे सूट पालन लगी। ठीक है, मैं किन्ने तेरे सूट ले लिए आप किन्ने दे नहीं रहा क्यों ना मैं इन सती दे दे ना क्यों ना पुत्र एक मेरी गल होर सुन ला उधर जाके ना जे मामिया नानी अम्मा जे मेरिया ताइया चाचिया पुछन गिया ना भी किदा वा उधर ढाडे ते तू गई मेरी मम्मा बड़ी खुश रहिंदी आ ते गई मेरे पापा ना इनिया जो मेरी मम्मा कहंदी सारीयां गल्लां मान ले जे मैं नहीं इधर कोई ना क्योंकि बुआ ने किन्ने टाइम कर दिया भी अपने घर की गल नहीं कहूंगी दसी दी तू यही कहना वा कि मेरी मम्मा बड़ी खुश वा थे ते मेरी मम्मा दी सारियां गल्लां मन्नियां जांदियां सारियां रीजां पूरियां हुंदियां मम्मा ते दावा गल पूरी कि दे कहंदे ना आगना आगना ओथे तन्नू किन्ने नहीं कहना ओथे ते आपा सारे ने बैठ के इकट्ठे नहीं खाना वा बस ओ ते गल हैगी दे पुत ओ ते पता जदों मैं निक्की ही तेरे वांगू मैं कहना मम्मी इत्थे जाना उत्थे जाना मम्मी ने पता की कहना कोई नहीं पुत तेरा विआह हो जाना सोहरे जाके जो मर्जी करी उत्थे तेरी मर्जी चलनी है ते ते हुण आ कुछ चलण दे चल अपना जुत्ती पा अपनी ते चलिए अपा सत श्री अकाल दोस्तों वीडियो अगे वधन तो पहला मैं तुहानू दसना चाहुंदा हाँ बहुत ही ट्रस्टड ब्रांड लोटस 365 के बारे में जिस दे ब्रांड अंबैसडर ने काजल अग्रवाल नवाजुद्दीन सदीकी उर्वशी रतेला ये सब तो पुरानी गेमिंग कंपनी है जो कि 2015 तो भारत में चल रही है जिस विच क्रिकेट टेनिस फुटबॉल आदि दे अपडेट मिलते हैं जिस विच असी 1000+ गेमां खेड सकते हैं अते दुर्लभ इनाम भी जीत सकते हाँ इस खेड विच सब तो वधिया गल यह है कि इहदे विच पेचकशां अते तरक्कियां भी मिलदियां हन इस विच 7-1-2-1 कस्टमर सपोर्ट भी मिलदे ते फिर इंतजार किस गल दा हुणे खेडो ते जितो आईफोन 13 रॉयल एनफील्ड सैमसंग गलैक्सी S22 अल्ट्रा जितो दिलचस्प तोहफे ते नाल ही बोनस पेचकश दा लाभ उठाओ दोस्तों एक बेनती होर आ कि यह गेम नू खेडण वास्ते उम्र घट तो घट 21 साल होनी चाहिए है एक क्योंकि इस विच पैसे का भी खतरा ते इहदी आदत भी लग सकती है ਤੁਹਾਡੀ ਕਿੱਧਰ ਦੀ ਤਿਆਰੀ ਹੋਈ ਹੈ ਦੱਸਿਆ ਨਾ ਤੁਹਾਨੂੰ ਵੀਰ ਨੇ ਵੀ ਕਿਤੇ ਨਹੀਂ ਜਾਣਾ ਮੈਂ ਜਾਣਾ ਵਾ ਇੱਥੇ ਜਾਣਾ ਮੈਂ ਬੈਲੇ ਮਾਰਨਾ ਘਰ ਮੈਂ 4 ਦਿਨ ਆਈ ਕਿ ਤੁਸੀਂ ਜਾਣਾ ਵਾ ਇੱਥੇ ਤੇਰੇ ਦੇ 4 ਦਿਨ ਮੁੱਕਣੇ ਹੀ ਨਹੀਂ ਆ ਤੁਸੀਂ ਨਹੀਂ ਜਾਣਾ ਕਿ ਇੱਥੇ ਜਾ ਕੇ ਬੈਠੀ ਆ ਵੀ ਬਹਾਨਾ ਲੱਭਿਆ ਹੋਣਾ ਮੈਂ ਚੱਲ ਜੂੰਗੀ ਬਹਾਨਾ ਕੀ ਲੱਭਿਆ ਉਹਨੇ ਉੱਥੇ ਮੈਨੂੰ ਕਿੰਨੀਆਂ ਪੈੜੀ ਦੇ ਵਿੱਚ ਚਪੇੜਾ ਮਾਰਤੀਆਂ ਸਾਰੀਆਂ ਤੇਰੀ ਵਜ੍ਹਾ ਕਰਕੇ ਹੋਇਆ ਕੁੜੀ ਮੇਰੀ ਐਡੀ ਹੋ ਚੱਲੀ ਆ ਹਜੇ ਤੱਕ ਮੈਨੂੰ ਕਦੀ ਮੈਂ ਦੋਨੇ ਹੱਥ ਨਹੀਂ ਚੁੱਕਿਆ ਤੇ ਮੈਂ ਆਲੋ ਨੂੰ ਕਿਹਾ ਮੈਨੂੰ ਤਾਂ ਮਿਲਿਆ ਵੀ ਨਹੀਂ ਮੈਂ ਤੈਨੂੰ ਕੁਝ ਕਿਹਾ ਵੀ ਨਹੀਂ ਆ ਉਹ ਜੋ ਕੁਝ ਤੂੰ ਆਪਣੇ ਪਿੱਛੇ ਕਰਦੀ ਆਈ ਆ ਉਹ ਤੂੰ ਇੱਥੇ ਬਸ ਮੇਰੇ ਨਾਲ ਕਰਵਾਉਣ ਦੀ ਆ ਆ ਤੇਰੇ ਅੱਗੇ ਜੋੜੇ ਹੱਥ ਮੈਨੂੰ ਮੇਰੀ ਜ਼ਿੰਦਗੀ ਜੀ ਲੈਂਦੇ ਮੈਂ ਹੁਣ ਇੱਥੇ ਰਹਿੰਦੀ ਨਹੀਂ ਆ ਤੂੰ ਜਿੰਨੇ ਦਿਨ ਮਰਜ਼ੀ ਰਹਿ ਇੱਥੇ ਆ ਲੱਭ ਵੀ ਹੱਥ ਜੇ ਜੋੜਨੇ ਸਿੱਖ ਗਏ ਤੂੰ ਕਿਤੇ ਨਹੀਂ ਜਾਣਾ ਬੈਲੇ ਮਾਰਨਾ ਨਹੀਂ ਹੁਣ ਕਿਹਾ ਕਿਤੇ ਨਹੀਂ ਜਾਣਾ ਐਵੇਂ ਕਿਹੜਾ ਕਹਿੰਦੇ ਤੂੰ ਵੀ ਇੱਥੇ ਕਿਤੇ ਨਹੀਂ ਜਾਣਾ ਜਦੋਂ ਹੀ ਮੰਮੀ ਡੈਡੀ ਨੂੰ ਪੁੱਛ ਲਿਆ ਉਹ ਕਹਿੰਦੇ ਜਾਓ ਤੇ ਹੀ ਕਦੋਂ ਤੁਹਾਡੀ ਨਹੀਂ ਜਦੋਂ ਵੀਰ ਨੇ ਕਹਿੰਦਾ ਨਹੀਂ ਜਾਣਾ ਤੇ ਫਿਰ ਨਹੀਂ ਜਾਣਾ ਮੈਂ ਬੁਲਾਉਂਦੀ ਆ ਨੂੰ ਭਲਾ ਕੀ ਕੰਡੇ ਆ ਉਹ ਤੋਂ ਪੁੱਛੇ ਤਾਂ ਬਿਨਾ ਹੀ ਤੁਰ ਪਏ ਕਿੱਡਾ ਬੈਗ ਤਿਆਰ ਕੀਤਾ ਵਾ ਇਹ ਕਿਹਨੂੰ ਪੁੱਛ ਕੇ ਇੱਡਾ ਬੈਗ ਤਿਆਰ ਕੀਤਾ ਵੇਖ ਇਹ ਸਾਡੇ ਕੱਪੜੇ ਨਹੀਂ ਆਪਣੇ ਕੱਪੜੇ ਵੀ ਨਹੀਂ ਫੜਨੇ ਬੈਗ ਵਾ ਦੇ ਕਿਤੇ ਵੀ ਨਹੀਂ ਜਾਣਾ ਤੁਸੀਂ ਘਰ ਦੇ ਕੰਮ ਕਿੱਲੇ ਕਰਨੇ ਮਗਰੋਂ ਬਸ ਗੱਲ ਦੇ ਵਿੱਚ ਹਾ ਹੋਈ ਆ ਵੀ ਘਰ ਦੇ ਕੰਮਾਂ ਤੋਂ ਡਰਦੀ ਇੱਥੇ ਆਈ ਆ ਤੇ ਇੱਥੇ ਫੇਰ ਉਹ ਕੰਮ ਆ ਜਾਣਾ ਸੁਮਨ ਨੇ ਕਰ ਲੂਗੀ ਉਹ ਕਿਤੇ ਨਹੀਂ ਤੈਨੂੰ ਪਾੜਾ ਪੈ ਚੱਲਾ ਉਹ ਵੀ ਭਾਵੇਂ ਕਰ ਲੈ ਜੋ ਵੀ ਆ ਉਹਦੇ ਕੱਲੀ ਤੇ ਸਿਰ ਤੇ ਸਾਨ ਨਹੀਂ ਪੈ ਜੇ ਵੀ ਮਾਰਨਾ ਜੇ ਮੈਂ ਆਈ ਗਈ ਤੇ ਬਸ ਇਹੀ ਸੁਣਾਉਂਦੇ ਰਿਹਾ ਕਰੋ ਵੀ ਆ ਗਈ ਆ ਸੋ ਕੋ ਬਸ ਕਰ ਹੁਣ ਸਾਨੂੰ ਜਾਣ ਦੇ ਕੱਲ ਤੇ ਮੈਂ ਤੈਨੂੰ ਫੜਦੀ ਰਹਿਣੀ ਹੀ ਨਾ ਅਤੇ ਅੱਜ ਮੈਂ ਜਾ ਕੇ ਮਰ ਜਾਣੀ ਆ ਮੈਨੂੰ ਬਹੁਤ ਹੀ ਦੁਖੀ ਨਾ ਕਰ ਤੂੰ ਹੁਣ ਕਾਹਦਾ ਮੈਂ ਤਾਂ ਮੇਰਾ ਅੱਗੇ ਬੜਾ ਗੁੱਸਾ ਜਾਣ ਦੇ ਆਈ ਹੋ ਚਾਹ ਬਣੇ ਹੀ ਬਸ
दवाई किदां लियावां किक ते वजनी नहीं गी मोटरसाइकल दी ते तू वावा चिर लाई अंदर मैं हा चलाउंदी आ ते मैनूं तेल फड़ाउंदी अंदरों मैं मलदा ही ਮੈਂ ਸਿਰ ਸੁਰ ਨਹਾਉਣਾ ਸੀ ਮੈਨੂੰ ਘੜੀ ਲੱਗ ਜਾ ਮੈਨੂੰ ਪਹਿਲਾਂ ਦਸ ਦਿਨ ਮੈਂ ਫੜਾ ਜਾਂਦੀ ਹਾਂ ਤੁਸੀਂ ਟੀਕਾ ਲਵਾ ਕੇ ਲਿਆਓਗੇ ਜਾ ਕੇ ਤੇਲ ਲੱਗ ਜਾਵਾਂ ਕਿਦਾਂ ਕਿੱਕ ਤੇ ਵੱਜਦੀ ਨਹੀਂ ਗੀ ਮੋਟਰਸਾਈਕਲ ਦੀ ਤੇ ਮਨਜੋਤ ਨੂੰ ਲੈ ਜਾਓ ਨਾਲ ਹਾਂ ਮਨਜੋਤ ਨੂੰ ਲੈ ਜਾਓ ਨਾਲ ਮਨਜੋਤ ਜਾਊਗਾ ਮੇਰੇ ਨਾਲ ਆਹੋ ਜਾਊਗਾ ਕੇ ਮਨਜੋਤ ਨੂੰ ਪਿਓ ਦੁੱਖ ਬਿਮਾਰ ਪਿਆ ਹੋਵੇ ਤੇ ਪੁੱਤ ਜਾਵੇ ਨਾ ਨਾਲ ਭਲਾ ਚੱਲ ਵੇਖ ਲਈ ਨੇ ਕੋਈ ਨਹੀਂ ਜੇ ਜਾਊ ਟੀਕਾ ਲਵਾਓ ਤੇ ਰਾਮ ਆਉਣ ਵਾਲਾ ਬਣੇ ਤੁਹਾਡੀ ਲਾਡਲੀ ਚੱਲੀ ਪੇਕਿਆਂ ਨੂੰ ਪੁੱਤ ਫਿਰ ਕੀ ਚੱਲੀ ਆ ਤੇ ਵੱਜੀਆਂ ਨੂੰ ਤਾਂ ਚੱਲੀ ਜੀ ਨਹੀਂ ਨਹੀਂ ਉਹ ਤਾਂ ਉੱਥੇ ਸਾਨੂੰ ਪੁੱਛ ਕੇ ਡਈ ਸੀ ਵੀ ਜਾਣਾ ਵਾਂਡੇ ਤੇ ਇੱਕ ਚੱਲ ਜਾ ਉਹਨੇ ਬਾਹਰ ਬੰਨੇ ਵੀਰ ਕੋ ਖਾਈ ਜਦੋਂ ਵੱਜੀਆਂ ਕਿਹੜੀ ਗੱਲੋਂ ਇਹਨਾਂ ਨੇ ਮੈਨੂੰ ਪਤਾ ਕਿਹੜੀ ਗੱਲੋਂ ਖਾਈ ਇਹ ਮੁੰਡੇ ਨੇ ਚੱਲੇ ਇਹਦੇ ਤੂੰ ਆਖਿਆ ਹੋਣਾ ਉਹਨੂੰ ਕੋਹ ਮੈਂ ਇਹਨੂੰ ਕੁਛ ਵੀ ਨਹੀਂ ਕਿ ਆਪਣੀ ਗੱਲ ਹੋਈ ਇਹਨਾਂ ਦੀ ਬਾਹਰ ਤੋਂ ਵੱਜੀਆਂ ਤੇ ਰੋਣ ਡਈ ਤਾਂ ਉਹ ਹੀ ਬੈਗ ਫੜ ਕੇ ਚੱਲ ਚਲੀ ਜਾਂਦੀ ਮੈਂ ਨਹੀਂ ਆਉਣਾ ਮੈਂ ਉੱਥੇ ਰਹਿਣਾ ਕੁੜੀ ਵੀ ਲੈ ਜਾਣ ਲੱਗੀ ਜੇ ਨਾਲੇ ਮੈਨੂੰ ਨਹੀਂ ਪਤਾ ਨਾ ਮੈਂ ਕੋਹ ਕਿਹਾ ਨਾ ਜਾ ਵੇਖ ਭਲਾ ਕੀ ਗੱਲ ਇਹਨਾਂ ਮੇਰੀ ਤੇ ਕਿਤੇ ਅੱਖ ਫਰਕਣ ਡਈ ਤੇ ਮੈਂ ਇਹੋ ਸੋਚਣ ਡਈ ਵੀ ਇਹਨਾਂ ਨੇ ਕੋਹ ਕਰਾਉਣਾ ਕਰਾਉਣਾ ਵਾ ਲੈ ਉਹ ਗੱਲ ਹੋਈ ਮੈਂ ਤਾਂ ਕੁਛ ਕਿਹਾ ਨਹੀਂ ਆ ਤੇ ਇੰਜਾਮ ਨਹੀਂ ਆ ਮੇਰੇ ਸਿਰ ਤੇ ਤਾਂ ਵੀ ਇਹ ਤੇ ਰੌਲਾ ਪਾਉਂਦੀ ਹੈ ਮੈਂ ਚਲ ਚੁੱਪ ਕਰਕੇ ਚਲ ਜਾਨੀ ਕੀ ਕਰ ਰੌਲਾ ਪਾਉਣਾ ਜੇ ਨਹੀਂ ਕਿਸੇ ਨੂੰ ਪਤਾ ਲੱਗਾ ਤੇ ਉਹ ਵੇਖ ਲੈ ਫੇਰ ਰੌਲਾ ਪਾਉਂਦੀ ਕਿ ਇੰਜਾਮ ਤੇ ਮੇਰੇ ਸਿਰ ਹੀ ਆਉਣਾ ਮੈਂ ਦੱਸਣਾ ਨਹੀਂ ਮੰਮੀ ਇਹਨਾਂ ਨੂੰ ਤੇ ਦੱਸਣਾ ਇਹਦੇ ਕੀ ਫਾਇਦਾ ਹੋਇਆ ਦੱਸਣ ਦਾ ਜੇ ਨਾ ਪੁਆੜਾ ਪਾਉਣੀ ਹੋ ਤੇ ਨਾ ਉਹ ਪੈਰ ਪੁੱਟਦੀ ਕਰਨ ਦਾ ਮੈਂ ਨਹੀਂ ਕੁਛ ਵੀ ਕਿ ਆਪੇ ਇਹਨਾਂ ਨੇ ਗੱਲਾਂ ਕਰਕੇ ਖਾਧੀਆਂ ਤੇ ਨਾ ਮੇਰਾ ਲੱਗ ਜਾਂਦਾ ਵਾ ਨਹੀਂ ਪੁੱਤ ਫੇਰ ਲੜ ਕੇ ਨਹੀਂ ਜਾਣਾ ਇਦਾਂ ਨਹੀਂ ਜਾਣਾ ਚਲੋ ਘਰ ਨੂੰ ਨਹੀਂ ਮੰਮੀ ਹਾਂ ਜਾਣਾ ਨਹੀਂ ਨਹੀਂ ਲੜ ਕੇ ਕਿਉਂ ਜਾਣਾ ਪੁੱਤ ਜਾਣਾ ਤੇ ਹੱਸ ਹੱਸ ਦੇ ਖੇਡਦੇ ਜਾਓ ਚੱਲ ਜਾ ਫਿਰ ਖੁਸ਼ੀ ਖੁਸ਼ੀ ਇਦਾਂ ਮੈਂ ਲੜ ਕੇ ਨਹੀਂ ਆਪਾਂ ਜਾਣ ਦੇਣਾ ਇਹ ਮੰਮੀ ਮੈਂ ਫਿਰ ਉਹਤੇ ਫੋਨ ਕੀਤਾ ਫਿਰ ਉਹ ਵੀ ਬਰਾ ਢੀਕਦੇ ਹੋਣੇ ਆ ਮੈਨੂੰ ਕੋਈ ਪਤਾ ਹੀ ਆ ਕੋ ਤਕਲੀਫ ਪੈ ਜਾਣਾ ਕੋਈ ਲੜ ਕੇ ਥੋੜਾ ਜਾਣਾ ਵਾ ਆਪਾਂ ਖੁਸ਼ੀ ਖੁਸ਼ਾਲੀ ਜਾਣਾ ਰਿਸ਼ਤੇਦਾਰਾਂ ਮਿਲ ਜਾਣਾ ਵਾ ਘਰ ਜਾਣਾ ਮਾਪਿਆਂ ਦੇ ਖੁਸ਼ੀ ਖੁਸ਼ਾਲੀ ਜਾਓ ਮੇਰਾ ਪੁੱਤ ਨਹੀਂ ਮੰਨਦੀ ਨਾ ਡੈਡੀ ਫਿਰ ਜਾਂਦੀ ਤੇ ਜਾਣ ਦੋ ਇਹਨੇ ਖੋਤੇ ਪਖੰਡ ਬਣਾਇਆ ਤਰਲੇ ਮਾਰਨ ਦੇ ਸੋਗ ਪਾਣਾ ਸਿਰ ਪੈਂਦੀ ਆ ਇਹ ਚੰਗੇ ਘਰੇ ਖੁਸ਼ੀ ਖੁਸ਼ੀ ਜਾਣਦੇ ਹੀ ਗੇ ਨਹੀਂ ਚਾਏ ਹੀ ਸਿਆਪਾ ਸਾਰਾ ਕੋ ਤੇ ਚੱਲ ਪੁੱਤ ਫੇ ਮੈਨੂੰ ਨਹੀਂ ਐਡਾ ਚੰਗਾ ਲੱਗਣ ਡਿਆ ਤੂੰ ਰਹਿਣ ਦੇ ਤੂੰ ਚੱਲ ਅੰਦਰ ਫੇ ਚੱਲ ਜਿਓ ਕੋਈ ਗੱਲ ਨਹੀਂ ਫੇ ਚੱਲ ਜਿਓ ਫੇ ਐਡਾ ਮੰਦ ਪੁੱਤ ਦੁਖੀ ਜਾਣਾ ਵਾ ਤੇ ਫੇ ਐਡਾ ਚੰਗੇ ਨਹੀਂ ਲੱਗੀਦਾ ਫੇ ਮੇਰਾ ਧਿਆਨ ਰਹਿਣਾ ਮੈਂ ਰਹਿਣ ਤਾਂ ਚਲੋ ਅੰਦਰ ਚਲੋ ਕੀ ਹੋਣਿਆ ਵਾ ਕੀ ਹੋਣਿਆ ਤੈਨੂੰ ਨਹੀਂ ਆਖਿਆ ਕੋ ਕੀ ਜਾਂਦੀ ਜਾਂਦੇ ਨੂੰ ਕਿਉਂ ਜਾਣ ਦੋ ਨਾ ਤੂੰ ਕਾ ਮਾਰਿਆ ਇਹਨੂੰ ਜੋ ਕੰਮ ਹੀ ਤੇਰੇ ਕਿਹੜੇ ਕੰਮ ਨੇ ਮਾੜਾ ਕੋਈ ਨਹੀਂ ਆਖਿਆ ਚੱਲ ਤੂੰ ਅੰਦਰ ਕੁੜੀ ਮੇਰੀ ਨਹੀਂ ਕੁੜੀ ਮੇਰੀ ਨਹੀਂ ਜਾਣੀ ਇਹ ਜਦੀ ਜਾਏ ਚੱਲ ਜਾਊਗੀ ਤੇ ਨਾਲ ਹੀ ਜਾਊਗੀ ਹੱਦ ਹੋ ਗਈ ਤੁਹਾਡੇ ਨਾਲ ਨਾਲ ਜਾਊਗੀ ਨਾਲ ਹੀ ਉਹਦੇ ਕੁੜੀ ਨੇ ਨਾਲ ਹੀ ਜਾਣਾ ਮੰਮੀ ਕੀ ਕਰਨ ਜਾਂਦੇ ਨੂੰ ਨਹੀਂ ਨਹੀਂ ਮੈਨੂੰ ਲੈ ਕੇ ਜਾਊਗੀ ਉਹਦੇ ਹੱਦ ਹੋ ਜੇ ਕੁੜੀ ਮਿਲ ਤੇ ਤੇਰੀ ਆ ਗੱਲ ਤੇ ਸੁਣ ਲਾ ਕੁੜੀ ਮੇਰੀ ਆ ਕੁੜੀ ਨੂੰ ਤੇਰੀ ਇੱਥੇ ਚੱਲ ਵੇ ਲੋ ਇਹ ਹੁਣ ਕੁੜੀ ਨੂੰ ਕਹਿੰਦੇ ਮੈਂ ਉਹਨੂੰ ਲੈ ਕੇ ਜਾਣਾ ਚੱਲ ਤੂੰ ਮੈਂ ਬਹੁਤ ਧੱਕੇ ਮਾਰ ਦਿਆ ਵਾ ਉਹਨੂੰ ਵੀ ਆਖਣ ਦਿਆ ਕੁੜੀ ਮੇਰੀ ਆ ਕੁੜੀ ਤੇਰੀ ਕੋਈ ਨਹੀਂ ਨਾਲ ਜਾਊਗੀ ਮਾਂ ਦੇ ਨਾਲ ਤੇ ਜਾਣਾ ਨਾਨਕੇ ਜਾਣਾ ਉਹਨੇ ਜਾਂਦੇ ਨੂੰ ਨਹੀਂ ਨਹੀਂ
बारह तोड़ दो कुड़ी दी कुड़ी मैं नहीं जाना मैं जाना तू कर जाना पुत ऐदां दी गल्लां नहीं करी दियां घरां दे विच चल वे परे हो मैं बैग खंदा मेहरबानी जी ਸੁੱਖ ਦੀ ਤੇ ਉਹੀ ਗੱਲ ਹੋ ਗਈ ਨਾ ਆਪ ਵਸਣਾ ਤੇ ਨਾ ਵਸਣ ਹੀ ਦੇਣਾ ਵਾ ਕਿਸੇ ਨੂੰ ਦੱਸ ਹੁਣ ਤਲਾਕ ਲੈ ਕੇ ਇੱਥੇ ਸਿਰ ਤੇ ਬਹਿ ਜੂਗੀ ਇਹ ਤਾਂ ਮੇਰਾ ਵੀ ਘਰ ਜਾੜੂਗੀ ਮੈਨੂੰ ਤੇ ਲੱਗਦਾ ਦੱਸ ਮੈਂ ਤੇ ਮੇਰੀ ਧੀ ਨੇ ਕਿੰਨੀਆਂ ਸੋਚਾਂ ਸੋਚੀਆਂ ਸੀ ਖੁਸ਼ੀ ਖੁਸ਼ੀ ਜਾਵਾਂਗੇ ਦੋ ਚਾਰ ਦਿਨ ਰਹਿ ਕੇ ਆਵਾਂਗੇ ਪਰ ਕਿੱਥੋਂ ਇਹਨੇ ਚੱਲ ਮਣਾ ਹੁਣ ਘਰ ਵਾਲਾ ਵੀ ਜਦੋਂ ਲਾਈ ਲੱਗਾ ਮਗਰ ਲੱਗਾ ਵਾ ਹੁਣ ਕੀ ਕਰਨਾ ਮੈਂ ਤੁਹਾਨੂੰ ਕਿਹੜੀ ਸੋਚ ਜ਼ਿਆਦੀ ਆ ਮੈਨੂੰ ਵੀ ਸੋਚ ਬਥੇਰੀ ਆ ਹੁਣ ਕੁੜੀ ਚੱਲ ਗਈ ਤੇ ਹੁਣ ਕਿੱਦਾਂ ਅੰਦਰ ਵੜਨ ਨੂੰ ਮੇਰਾ ਜੀ ਨਹੀਂ ਕਰਨ ਡਿਆ ਮੈਂ ਨਾ ਘਰ ਵੜ ਵੜ ਖਾਣ ਨੂੰ ਪੈਣ ਡਿਆ ਸਾਨੂੰ ਤੇ ਬੜੇ ਦੁਖੀ ਹੋਏ ਆ ਤੁਹਾਡੀ ਧੀ ਦੇ ਸਿਆਪੇ ਹੀ ਉਹ ਸਾਰੇ ਇਹਦੇ ਮੈਂ ਤਾਂ ਉਹੀ ਆਖਣ ਡਿਆ ਵੀ ਇਹਦੇ ਹੀ ਸਾਰੇ ਸਿਆਪੇ ਪਏ ਆ ਇਹਨੇ ਨਾ ਵਸਣਾ ਤੇ ਨਾ ਵਸਣ ਦੇਣਾ ਮੇਰੇ ਘਰ ਦਾ ਜਾੜਾ ਕਰਕੇ ਰਾਹ ਦਿੱਤਾ ਇਹਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ ਸਤਿ ਸ਼੍ਰੀ ਅਕਾਲ ਹਾਂਜੀ ਗੁਰਸਾਹਿਬ ਸਿੰਘ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਹਾਂਜੀ ਬਜ਼ੁਰਗੋ ਸੁਖਵੀਰ ਕੌਰ ਆਪਣੀ ਬੇਟੀ ਹੈ ਜੀ ਹਾਂ ਪੁੱਤ ਮੈਂ ਕੋਟ ਤੋਂ ਆਇਆ ਜੀ ਉਹਨਾਂ ਦੇ ਸਾਈਨ ਲੈਣੇ ਪੇਪਰਾਂ ਦੇ ਹੈ ਹਾਂਜੀ ਇਹ ਕਿਦਾਂ ਗੱਲ ਹੋਈ ਗਈ ਸਾਰੇ ਸਾਈਨ ਪੁੱਤ ਤੇ ਵੀ ਜੀ ਕੋਰਟ ਚੋਂ ਆਇਆ ਜੀ ਮੈਂ ਹਾਂ ਉਹ ਕੀ ਹੁੰਦੇ ਆ ਸਾਈਨ ਸਾਈਨ ਉਹਨਾਂ ਦੇ ਸਾਈਨ ਹੈ ਸਾਰੇ ਪਰਿਵਾਰ ਦਾ ਕੋਈ ਤੁਹਾਡਾ ਡਿਵੋਰਸ ਪੇਪਰ ਹੋਣਾ ਨਾ ਆਪਸ ਵਿੱਚ ਕੋਈ ਝਗੜਾ ਝੁਗੜਾ ਚੱਲਦਾ ਹੋਣਾ ਦਾ ਇਦਾਂ ਦਾ ਵੀ ਅਸੀਂ ਸੋਚਿਆ ਹੀ ਨਹੀਂ ਵੀ ਉਹ ਇਦਾਂ ਦਾ ਹੋਊਗਾ ਮੁੰਡਾ ਹਾਏ ਮੁੰਡੇ ਨੇ ਕੀ ਕੀਤਾ ਅਸੀਂ ਤੁਹਾਨੂੰ ਪੁੱਤ ਪੁੱਤ ਕਰਦੇ ਆ ਤੇ ਉਹਨੇ ਕੀ ਕੀਤਾ ਈ ਉਹ ਇਹ ਵੀ ਜੀ ਤੁਸੀਂ ਆਪਣੇ ਪਰ ਦੋਸ਼ ਤੇ ਸਾਡੀ ਕੁੜੀ ਦਾ ਸਾਰਾ ਵੀ ਇਹਨੇ ਚੰਗੀ ਗੱਲ ਕੀਤੀ ਉਹ ਸਾਡੇ ਨਾਲ ਅਸੀਂ ਬੜੇ ਔਖੇ ਹੋ ਜਾਣੇ ਤੇ ਕਿੱਥੇ ਪਾਉਣੀ ਇਹ ਸ਼ਦੈਨ ਜਾ ਆਵਾਜ਼ ਮਾਰ ਉਹਨੂੰ ਲੈ ਬੁਲਾਓ ਜੀ ਉਹਨੂੰ ਸੋਖਾ ਮੈਂ ਕੋਰਟ ਤੋਂ ਆਇਆ ਜੀ ਤੁਹਾਡੇ ਸਾਈਨ ਚਾਹੀਦੇ ਪੇਪਰਾਂ ਦੇ
ਕਾਦੇ ਵਾਸਤੇ ਤੁਹਾਡੇ ਸਹੁਰਿਆਂ ਨੇ ਡਿਵੋਰਸ ਫਾਈਲ ਕੀਤਾ ਜੀ ਉਹਨਾਂ ਨੇ ਕਿਦਾਂ ਕਰਤਾ ਮੈਂ ਕਰਨਾ ਇਹ ਤਾਂ ਤੁਹਾਡਾ ਜੀ ਆਪਸੀ ਮਸਲਾ ਹੈ ਇਸ ਮੈਨੂੰ ਥੋੜੀ ਪਤਾ ਵੀ ਕਿੰਨੇ ਕਰਨਾ ਚਾਹੀਦਾ ਕਿਦਾਂ ਨਹੀਂ ਮੈਂ ਸਾਈਨ ਕਰਨੀ ਨਾਲੇ ਉਹ ਤਾਂ ਸਾਰਿਆਂ ਨੂੰ ਕਹਿੰਦਾ ਫਿਰ ਉਹ ਕੱਲ ਨੂੰ ਵੀ ਮੈਂ ਛੱਡਿਆ ਇਹਦਾ ਤਾਂ ਮੈਂ ਟੌਰ ਨਾ ਕਹੂੰਗੀ ਨਾ ਵੀ ਮੈਂ ਛੱਡਿਆ ਉਹਨੇ ਨਹੀਂ ਮੈਨੂੰ ਛੱਡਿਆ ਇਹ ਤਾਂ ਤੁਹਾਡਾ ਘਰੇਲੂ ਮਸਲਾ ਵਾ ਅਸੀਂ ਤੇ ਮਤਲਬ ਕੋਰਟ ਦੇ ਥਰੂ ਆਏ ਆ ਠੀਕ ਹੈ ਜੀ ਇਹ ਤਾਂ ਤੁਹਾਨੂੰ ਹੁਣ ਕਰਨੇ ਪੈਣੇ ਆ ਨਾ ਮੈਂ ਤਾਂ ਨਹੀਂ ਸਾਈਨ ਕਰਦੇ ਮੈਂ ਆਪਣੇ ਮੁੰਡੇ ਦਾ ਵੀ ਹੱਕ ਨੂੰ ਇਦਾਂ ਕਿਦਾਂ ਮੈਂ ਸਾਈਨ ਕਰਦਾ ਚਲੋ ਤੁਸੀਂ ਆਪਣਾ ਵੱਖਰਾ ਕਰੋ ਜੀ ਕੋਰਟ ਕੇਸ ਕਰੋ ਤੁਸੀਂ ਆਪਣਾ ਜੋ ਤੁਹਾਡਾ ਬੰਦਾ ਉਹ ਕਰੋ ਤੁਸੀਂ ਅਸੀਂ ਤੁਹਾਨੂੰ ਰੋਕਦੇ ਥੋੜੀ ਨਾ ਨਾਲੇ ਤੁਸੀਂ ਲੱਗਣ ਤੇ ਡਏ ਨਹੀਂ ਵੀ ਸਰਕਾਰੀ ਅਫਸਰ ਜੀ ਸਰਕਾਰੀ ਅਫਸਰ ਨੂੰ ਕੀ ਹੈ ਜੀ ਵਰਦੀ ਨਹੀਂ ਪਾਈ ਤਾਂ ਕਰਕੇ ਕਹਿੰਦੇ ਉਹ ਤਾਂ ਮੈਨੂੰ ਲੱਗਦਾ ਉਹਨੇ ਉਹਦੀ ਚਾਲ ਹੀ ਉਹਨੇ ਕਿਹਨੂੰ ਭੇਜਿਆ ਨਾ ਵੀ ਉਹਨੂੰ ਡਰਾ ਕੇ ਆਓ ਕੁੜੀ ਨੂੰ ਮੈਂ ਨਹੀਂ ਡਰਦੀ ਇਦਾਂ ਚਲੋ ਉਹ ਵੇਖੋ ਬਜ਼ੁਰਗੋ ਤੁਹਾਡਾ ਆਪਸੀ ਮਸਲਾ ਨਹੀਂ ਹੁਣ ਆਏ ਆ ਤੇ ਸਾਨੂੰ ਉਹ ਪੇਪਰਾਂ ਦੇ ਸਾਈਨ ਚਾਹੀਦੇ ਆ ਮੈਂ ਤਾਂ ਨਹੀਂ ਜੀ ਇਦਾਂ ਸਾਈਨ ਕਰਨੇ ਭੇਜੂਗੀ ਮੈਂ ਨਹੀਂ ਘਰ ਬਾਹਰ ਇਹੋ ਕੰਮ ਨਾ ਰੱਖਿਆ ਕਰ ਕਿਉਂ ਮੰਮੀ ਮੈਂ ਇੱਥੇ ਸਾਈਨ ਕਰਾਂ ਮੈਂ ਭੇਜੂਗੀ ਟਾਵਰ ਚੱਲ ਨਹੀਂ ਕਰਨੇ ਤੇ ਨਾ ਕਰਨਾ ਇਦਾਂ ਬੋਲੀ ਤਾਂ ਨਹੀਂ ਆਈ ਇਦਾਂ ਬੋਲੀ ਦਾ ਥੋੜਾ ਹੁੰਦਾ ਵਾ ਤੇ ਬਜ਼ੁਰਗੋ ਆਏ ਵੀ ਮੇਰੇ ਸਾਹਮਣੇ ਐਸੇ ਕਰਕੇ ਹੀ ਆ ਜੀ ਬਸ ਕੀ ਐਵੇਂ ਘਰ ਬਾਹਰ ਵੀ ਇਹੋ ਚਲੋ ਕੀ ਆ ਪੁੱਤਾਂ ਨੂੰ ਸਮਝਾ ਕੇ ਰੱਖੋ ਚਲ ਕੋਈ ਨਹੀਂ ਦੇਖੋ ਇਹ ਸਟਾਰਟ ਹੁਣ ਕਿਦਾਂ ਬਜ਼ੁਰਗੋ ਫਿਰ ਨਹੀਂ ਸਾਈਨ ਕਰਨੇ ਜੀ ਆਪਾਂ ਉਹ ਤਾਂ ਚਲ ਕੋਈ ਨਹੀਂ ਵੇਖਾਂਗੇ ਫਿਰ ਹੁਣ ਅੱਛਾ ਚੱਲਦਾ ਕਿਦਾਂ ਹੁਣ ਕਰਨਾ ਹੁਣ ਗਾੜੀ ਆਪਾਂ ਚਲੋ ਫਿਰ ਲਈਏ ਠੀਕ ਹੈ ਜੀ ਦੋ ਹੀ ਜਾਣ ਤੇ ਤੁਸੀਂ ਆਪਣਾ ਇੱਕ ਲਿਖ ਦਿਓ ਚੰਗਾ ਜੀ ਸਤਿ ਸ਼੍ਰੀ ਅਕਾਲ Thank you.